ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, 1947 ਦੇ ਵਿੱਚ ਭਾਰਤ ਆਜ਼ਾਦ ਹੋਇਆ, ਹਿੰਦੂਆਂ ਨੂੰ ਹਿੰਦੁਸਤਾਨ ਮਿਲਿਆ, ਮੁਸਲਮਾਨਾਂ ਨੂੰ ਪਾਕਿਸਤਾਨ ਮਿਲਿਆ, ਪਰ ਸਿੱਖਾਂ ਨੂੰ ਕੇਵਲ ਫੋਕੇ ਅਤੇ ਝੂਠੇ ਵਾਅਦੇ ਮਿਲੇ, ਜਿਸ ਤੋਂ ਬਾਅਦ ਭਾਰਤੀ ਸਿਆਸਤਦਾਨਾਂ ਨੇ ਇਹਨਾਂ ਸਾਰੇ ਵਾਅਦਿਆਂ ਤੋਂ ਪੱਲਾ ਝਾੜ ਲਿਆ। ਕੀ ਕਾਰਨ ਹੈ ਇਸ ਸਭ ਵਰਤਾਏ ਦਾ? ਇਸ ਪਿੱਛੇ ਕੇਵਲ ਭਾਰਤੀ ਸਿਆਸਤਦਾਨਾਂ ਦੀ ਬੇਈਮਾਨੀ ਸੀ ਜਾਂ ਸਿੱਖ ਸਿਆਸਤਦਾਨਾਂ ਦੀ ਮੂਰਖਤਾ? ਅੱਜ ਅਸੀਂ ਇਸ ਸੰਬੰਧੀ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਸਿੱਖ ਸਕਾਲਰ ਅਤੇ ਇੰਟਰਨੈਸ਼ਨਲ ਪੋਲੀਟਿਕਸ ਦੇ ਮਾਹਿਰ ਡਾਕਟਰ ਇਕਤਦਾਰ ਕਰਾਮਤ ਚੀਮਾ ਜੀ ਨਾਲ, ਜਿਨ੍ਹਾਂ ਨੇ 15 ਅਗਸਤ ਦੇ ਹਵਾਲੇ ਨਾਲ ਇੱਕ ਆਰਟੀਕਲ ਵੀ CNN ਆਈ ਰਿਪੋਰਟ ਦੇ ਵਿੱਚ ਪ੍ਰਕਾਸ਼ਿਤ ਕੀਤਾ। ਅੱਜ ਅਸੀਂ ਇਹਨਾਂ ਨਾਲ ਇਸ ਆਰਟੀਕਲ ਸੰਬੰਧੀ ਅਤੇ ਸਿੱਖਾਂ ਦੀ ਆਜ਼ਾਦੀ ਸੰਬੰਧੀ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਇੰਗਲੈਂਡ ਤੋਂ ਸਾਨੂੰ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਵੀਰ ਜੀ, ਅੱਜ ਸਭ ਤੋਂ ਪਹਿਲਾਂ ਅਸੀਂ ਆਰਟੀਕਲ ਤੋਂ ਸ਼ੁਰੂ ਕਰਦੇ। ਸਭ ਤੋਂ ਪਹਿਲਾਂ ਦੱਸਿਆ CNN ਆਈ ਰਿਪੋਰਟ ਤੇ ਜਿਹੜਾ ਤੁਹਾਡਾ ਆਰਟੀਕਲ ਪ੍ਰਕਾਸ਼ਿਤ ਹੋਇਆ ਹੈ, 15 ਅਗਸਤ, ਅ ਡੇ ਆਫ ਬਿਟਰੇਅਲ ਵਿਦ ਦ ਸਿੱਖਸ, ਇਸ ਬਾਰੇ ਵੇਰਵੇ ਸਾਹਿਬ ਸਾਨੂੰ, ਤੁਹਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਇਸ ਆਰਟੀਕਲ ਬਾਰੇ। ਜੀ ਰੀਤ, ਤੁਹਾਨੂੰ ਪਤਾ ਮੈਂ ਹੁਣ CNN ਤੇ ਰੈਗੂਲਰਲੀ ਲਿਖਦਾ ਜੀ, ਔਰ 15 ਅਗਸਤ ਦਾ ਦਿਹਾੜਾ ਅਜਿਹਾ ਹੈ, ਔਰ ਅਗਸਤ ਦਾ ਪੂਰਾ ਮਹੀਨਾ ਹੀ, 14 ਔਰ 15 ਅਗਸਤ, ਇਹੋ ਜਿਹੀਆਂ ਦੋ ਤਰੀਕਾਂ ਨੇ ਜਿਹੜੀਆਂ ਦੋ ਕੌਮਾਂ ਪਾਕਿਸਤਾਨੀ ਆਪਣਾ ਆਜ਼ਾਦੀ ਦਾ ਦਿਨ ਮਨਾਉਂਦੇ ਨੇ, ਹਿੰਦੁਸਤਾਨ ਨਾਲੇ ਆਪਣੀ ਆਜ਼ਾਦੀ ਦਾ ਦਿਨ ਮਨਾਉਂਦੇ ਨੇ। ਲੇਕਿਨ ਸਿੱਖ ਕੌਮ ਦੀ ਐਸੀ ਬਦਕਿਸਮਤੀ ਹੈ ਕਿ ਆਜ਼ਾਦੀ ਪਤਾ ਨੀ ਮੁਸਲਮਾਨਾਂ ਨੂੰ ਮਿਲੀ ਹੋਏਗੀ। ਮੈਂ ਤਾਂ ਵੈਸੇ ਜ਼ਿਆਦਾਤਰ ਇਹੀ ਸਮਝਾਂ ਜੋ ਅੱਜ ਕੱਲ੍ਹ ਦੇ ਹਾਲਾਤ ਨੇ ਉੱਥੇ ਆਮ ਲੋਕਾਂ ਦੇ, ਦੋਵਾਂ ਪਾਸੇ ਆਜ਼ਾਦੀ ਤੇ ਸ਼ਾਇਦ ਹਜੇ ਲੋਕਾਂ ਨੂੰ ਮਿਲੀ ਨਹੀਂ, ਸ਼ਾਇਦ ਮਿਲ ਜਾਏ ਆਉਣ ਵਾਲੇ ਸਮੇਂ ਚ। ਇਹ ਤੇ ਇੱਕ ਟ੍ਰਾਂਸਫਰ ਆਫ ਪਾਵਰ ਹੋਈ ਕਿ ਅੰਗਰੇਜ਼ ਰਾਜ ਦਾ ਖਾਤਮਾ ਹੋਇਆ 14 ਤੇ 15 ਅਗਸਤ ਨੂੰ, ਤੇ ਆਜ਼ਾਦੀ ਸ਼ਾਇਦ ਆਉਣ ਵਾਲੇ ਸਮੇਂ ਕਦੇ ਕੌਮਾਂ ਨੂੰ ਮਿਲੇ। ਪਰ ਫਿਰ ਵੀ ਦੋ ਰਿਆਸਤਾਂ ਦੁਨੀਆਂ ਦੇ ਨਕਸ਼ੇ ਤੇ ਉਭਰੀਆਂ, ਇੱਕ ਦਾ ਨਾਂ ਪਾਕਿਸਤਾਨ ਤੇ ਦੂਸਰੀ ਦਾ ਨਾਂ ਇੰਡੀਆ ਹਿੰਦੁਸਤਾਨ। ਹਾਂਜੀ, ਹੁਣ ਇੱਕ ਪਾਸੇ ਮੁਸਲਮਾਨਾਂ ਨੇ ਤੇ ਆਪਣੇ ਵਾਸਤੇ ਆਪਣਾ ਦੇਸ਼ ਜਿੱਤ ਲਿਆ, ਔਰ ਇੱਕ ਇਟਸੈਲਫ ਬਹੁਤ ਵੱਡੀ ਅਚੀਵਮੈਂਟ ਸੀ ਕਿ ਜਿਨ੍ਹਾਂ ਸਾਹਿਬ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਜੋ ਸੋਚ ਹੈ ਕਾਂਗਰਸ ਦੀ ਔਰ ਜੋ ਸੋਚ ਹੈ ਕੱਟੜਪੰਥੀ ਹਿੰਦੂ ਦੀ, ਉਹਦੇ ਨਤੀਜਾ ਕੀ ਨਿਕਲੇਗਾ ਅਗਰ ਮੁਸਲਮਾਨ ਵੱਖ ਨਹੀਂ ਹੁੰਦੇ। ਔਰ ਉਹਨਾਂ ਦਾ ਬੜਾ ਮਸ਼ਹੂਰ ਸੇਇੰਗ, ਜਿਹੜੀ ਅਕਸਰ ਕੋਟ ਵੀ ਕੀਤੀ ਜਾਂਦੀ ਹੈ ਬਹੁਤ ਸਾਰੇ ਸਿੱਖ ਸੰਗਤਾਂ ਤਰਫੋਂ, ਕਿ ਪਾਰਟੀਸ਼ਨ ਤੋਂ ਪਹਿਲਾਂ ਜਾਂ ਟ੍ਰਾਂਸਫਰ ਆਫ ਪਾਵਰ ਤੋਂ ਪਹਿਲਾਂ ਲੋਕਾਂ ਨੇ ਕਾਂਗਰਸ ਨੂੰ ਔਰ ਹਿੰਦੂਤਵੀ ਫੋਰਸਾਂ ਨੂੰ ਸਿਰਫ ਜਿਹੜਾ ਇੱਕ ਗੁਲਾਮ ਕੌਮ ਦੇ ਤੌਰ ਦੇਖਿਆ। ਜਦੋਂ ਇਹ ਆਜ਼ਾਦ ਹੋਣਗੇ ਤੇ ਇਹਨਾਂ ਦਾ ਦੂਸਰਿਆਂ ਨਾਲ ਕੀ ਕਿਸ ਢੰਗ ਨਾਲ ਇਹ ਲੋਕਾਂ ਨਾਲ ਪੇਸ਼ ਆਉਣਗੇ ਉਹ ਬਾਅਦ ਪਤਾ ਚੱਲੇਗਾ, ਉਹ ਹੀ ਗੱਲ ਸੱਚੀ ਹੋ ਗਈ। ਲੇਕਿਨ ਬੜੀ ਅਨਫੋਰਚੁਨੇਟ ਚੀਜ਼ ਹੈ ਕਿ ਸਿੱਖ ਜਿਹੜੀ ਇੱਕ ਤੀਸਰ ਪੰਥ ਨੇ, ਜਿਹਦੀ ਉਸਾਰੀ ਗੁਰੂ ਸਾਹਿਬਾਨ ਨੇ ਕੀਤੀ ਹੈ, ਜਿਹੜੀ ਇੱਕ ਕੌਮ ਨੇ, ਦੇ ਆਰ ਨੇਸ਼ਨ ਬਾਏ ਆਲ ਡੈਫੀਨੇਸ਼ਨ, ਉਹ ਆਪਣੇ ਲਈ ਆਪਣਾ ਵੱਖਰਾ ਮੁਲਕ ਹਾਸਲ ਨਾ ਕਰ ਸਕੇ। ਲੇਕਿਨ ਇਹਦੇ ਚ ਸਿੱਖ ਲੀਡਰਸ਼ਿਪ ਦੀ ਵੀ ਨਾਕਾਮੀ, ਜਿਸ ਤਰ੍ਹਾਂ ਮੈਂ ਲਿਖਿਆ ਵੀ ਹੈ ਆਪਣੇ ਆਰਟੀਕਲ ਚ, ਕਿ ਉਸ ਸਮੇਂ ਸਿੱਖ ਜਿਹੜੇ ਸੀ ਉਹ ਬਹੁਤ ਅੱਛੀ ਪੋਜੀਸ਼ਨ ਸਨ, ਕਿ ਉਹਨਾਂ ਕੋਲ 3 ਆਪਸ਼ਨ ਸਨ, ਕਿ ਜਾਂ ਤੇ ਆਪਣਾ ਆਜ਼ਾਦ ਦੇਸ਼ ਮੰਗ ਲੈਂਦੇ, ਕਿਉਂਕਿ 1919 ਦਾ ਜਿਹੜਾ ਐਕਟ ਸੀ ਉਹਦੇ ਤਹਿਤ ਸਾਰੀਆਂ ਕੌਮਾਂ ਨੂੰ ਸੈਪਰੇਟ ਇਲੈਕਟਰੇਟ ਦਿੱਤਾ ਗਿਆ, ਸਿੱਖਾਂ ਨੂੰ ਸੈਪਰੇਟ ਇਲੈਕਟਰੇਟ ਦਿੱਤਾ ਗਿਆ, ਜਿਹੜੀ ਕਿ ਬਰਤਾਨਵੀ ਸਰਕਾਰ ਦੀ ਤਰਫੋਂ ਇੱਕ ਬਹੁਤ ਵੱਡੀ ਰੈਕਗਨੀਸ਼ਨ ਸੀ ਕਿ ਉਹ ਸਿੱਖਾਂ ਨੂੰ ਇੱਕ ਵੱਖਰੀ ਕੌਮ ਮੰਨਦੇ ਹਨ, ਜਿਸ ਤਰ੍ਹਾਂ ਹਿੰਦੂਆਂ ਨੂੰ ਉਹਨਾਂ ਨੇ ਸੈਪਰੇਟ ਇਲੈਕਟਰੇਟ ਦਿੱਤਾ, ਮੁਸਲਮਾਨਾਂ ਨੂੰ ਦਿੱਤਾ, ਇਸੇ ਤਰ੍ਹਾਂ ਸਿੱਖਾਂ ਨੂੰ ਸੈਪਰੇਟ ਇਲੈਕਟਰੇਟ ਦਿੱਤਾ। ਲੇਕਿਨ ਸਿੱਖ ਸ਼ਾਇਦ ਉਸ ਤਰ੍ਹਾਂ ਦੀ ਸਿੱਖ ਪੋਲੀਟਿਕਸ ਕਰ ਨਹੀਂ ਸਕੇ। 1929 ਚ, ਹਾਂ ਮੈਂ ਦੇਖ ਰਿਹਾ ਸੀ, ਮੈਂ ਆਪਣੇ ਆਰਟੀਕਲ ਚ ਲਿਖਿਆ ਸੀ ਇਹਨਾਂ ਤੇ, ਕਿ 1929 ਚ ਮੈਂ ਦੇਖ ਰਿਹਾ ਸੀ ਟਾਈਮ ਮੈਗਜ਼ੀਨ ਤੋਂ, ਉਸ ਸਮੇਂ ਵੀ ਨਿਕਲਦਾ ਸੀ ਕਿਸੇ ਉਹਨੂੰ ਟਾਈਮ ਮੈਗਜ਼ੀਨ ਨੂੰ ਦੇਖੋ ਤੇ ਉਹਦੇ ਚ ਇੱਕ ਬਹੁਤ ਵੱਡੀ ਉਸ ਸਮੇਂ ਦੀ ਖਬਰ ਲੱਗੀ ਹੈ ਕਿ 50,000 ਦੇ ਨੇੜੇ ਤੇੜੇ ਸਿੱਖਾਂ ਨੇ 1929 ਚ ਬਾਬਾ ਖੜਕ ਸਿੰਘ ਹਰਾਂ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਵੱਡਾ ਮਾਰਚ ਕੀਤਾ ਲਾਹੌਰ ਸ਼ਹਿਰ ਚ, ਆਪਣੀ ਸਿੱਖ ਸੋਵਰਨਿਟੀ ਵਾਸਤੇ, ਖਾਲਸੇ ਦੇ ਰਾਜ ਵਾਸਤੇ। ਤੇ ਇਹ ਮਾਰਚ ਜਦੋਂ ਹੋਇਆ ਤੇ ਉਹਦੇ ਬਾਅਦ ਫੌਰਨ ਹੀ ਨਹਿਰੂ, ਗਾਂਧੀ ਲਾਹੌਰ ਪਹੁੰਚੇ, ਉਹਨਾਂ ਨੇ ਸਿੱਖ ਲੀਡਰਸ਼ਿਪ ਨਾਲ ਨੈਗੋਸ਼ੀਏਟ ਕੀਤਾ, ਫਿਰ ਰਵੀ ਅਕਾਰਡ ਸਾਈਨ ਕੀਤਾ ਗਿਆ ਸਿੱਖ ਲੀਡਰਸ਼ਿਪ ਨਾਲ, ਔਰ ਗਾਂਧੀ ਨੇ ਫਿਰ 1931 ਦੇ ਵਿੱਚ ਜਾ ਕੇ, ਤੁਹਾਨੂੰ ਪਤਾ ਹੈ, ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ ਲੇਕਿਨ ਰਿਸਰਚ ਕਰੋ ਤਾਂ ਪਤਾ ਲੱਗ ਜਾਏਗਾ, ਕਿ ਦਿੱਲੀ ਚ ਜਿਹੜਾ ਗੁਰਦੁਆਰਾ ਸੀਸ ਗੰਜ ਸਾਹਿਬ ਹੈ
ਉੱਥੇ ਗਿਆ, ਉੱਥੇ ਉਹਦੀ ਜਿਹੜੀ ਸਟੇਟਮੈਂਟ ਪੜ੍ਹਨ ਵਾਲੀ ਆ, ਉਹਨੇ ਕਿਹਾ ਵੀ ਅਸੀਂ ਤੁਹਾਨੂੰ ਕਦੇ ਵੀ ਬਿਟਰੇ ਨਹੀਂ ਕਰਾਂਗੇ, ਅਸੀਂ ਸਿੱਖਾਂ ਦੀ ਰਿਪ੍ਰੈਜੈਂਟੇਸ਼ਨ ਇਨਸ਼ੋਰ ਕਰਾਂਗੇ। ਸੋ ਸਿੱਖ ਜਿਹੜੇ ਬਾਬਾ ਖੜਕ ਸਿੰਘ ਦੀ ਅਗਵਾਈ 50,000 ਸਿੱਖ ਆਪਣੀ ਸਿੱਖ ਸੋਵਰੈਨਿਟੀ ਲਈ ਮਾਰਚ ਕਰ ਰਹੇ ਨੇ 1929 ਚ, ਉਹਨਾਂ ਨੂੰ ਯਕੀਨ ਇਸ ਚੀਜ਼ ਦੀ ਸਮਝ ਸੀ ਕਿ ਸਾਨੂੰ ਆਪਣੀ ਸੋਵਰੈਨਿਟੀ ਆਪਣਾ ਦੇਸ਼ ਚਾਹੀਦਾ। ਲੇਕਿਨ ਕਾਂਗਰਸ ਨੇ ਗਾਂਧੀ ਨਹਿਰੂ ਨੇ ਰਲ ਕੇ ਉਹਨਾਂ ਨੂੰ ਐਸੇ ਫਰੇਬ ਦੇ ਵਿੱਚ ਐਸੇ ਧੋਖੇ ਚ ਪਾਇਆ ਕਿ ਤੁਹਾਨੂੰ ਜਿਹੜਾ ਵੱਖਰੇ ਦੇਸ਼ ਦੀ ਮੰਗ ਨਹੀਂ ਕਰਨੀ ਚਾਹੀਦੀ, ਆਪਣੀ ਸੋਵਰੈਨਿਟੀ ਦੀ ਮੰਗ ਨਹੀਂ ਕਰਨੀ ਚਾਹੀਦੀ, ਬਲਕਿ ਤੁਹਾਨੂੰ ਸਾਡੇ ਨਾਲ ਹੀ ਜੁੜਿਆ ਰਹਿਣਾ ਚਾਹੀਦਾ, ਕਾਂਗਰਸ ਦਾ ਸਾਥ ਦੇਣਾ ਚਾਹੀਦਾ ਔਰ ਵੱਖਰੇ ਦੇਸ਼ ਦੀ ਮੰਗ ਨਹੀਂ ਕਰਨੀ ਚਾਹੀਦੀ। ਇਹ ਧੋਖਾ ਉਹਨਾਂ ਨੇ ਮੁਸਲਮਾਨਾਂ ਨੂੰ ਵੀ ਦੇਣ ਦੀ ਕੋਸ਼ਿਸ਼ ਕੀਤੀ, ਬਲਕਿ ਬਹੁਤ ਸਾਰੇ ਮੁਸਲਮਾਨ ਲੀਡਰ ਵੀ ਅਜਿਹੇ ਸਨ ਜਿਹੜੇ ਅਖੰਡ ਭਾਰਤ ਦਾ ਖਾਬ ਦੇਖਦੇ ਸਨ, ਜਿਹਨਾਂ ਚ ਮੌਲਾਨਾ ਅਬੁਲ ਕਲਾਮ ਆਜ਼ਾਦ ਸਾਹਿਬ ਸਨ, ਹੋਰ ਬਹੁਤ ਸਾਰੇ ਮੁਸਲਮਾਨ ਸਨ। ਪਰ ਜਿਨ੍ਹਾਂ ਸਾਹਿਬ ਨੂੰ ਇਸ ਚੀਜ਼ ਦੀ ਸਮਝ ਹੈ ਸੀ ਕਿ ਇਹ ਕੁਛ ਹੋ ਰਿਹਾ ਹੈ ਅੰਗਰੇਜ਼ ਦੇ ਹੁੰਦਿਆਂ, ਜਿਹਨੂੰ 35 ਦੇ ਵਿੱਚ ਕਾਂਗਰਸ ਮਿਨਿਸਟਰੀਜ਼ ਬਣੀਆਂ ਅਤੇ ਉਹਦੇ ਬਾਅਦ ਜਿਸ ਤਰ੍ਹਾਂ ਵਾਰਦਾ ਸਕੀਮ ਸ਼ੁਰੂ ਕੀਤੀ ਗਈ, ਵਿਦਿਆ ਮੰਦਿਰ ਸਕੀਮ ਸ਼ੁਰੂ ਕੀਤੀ ਗਈ, ਗਾਂਧੀ ਦੀ ਮੂਰਤੀ ਪੂਜਾ ਲਾਈ ਗਈ, ਤੇ ਉਸ ਨੂੰ ਪਤਾ ਲੱਗ ਗਿਆ ਕਿ ਹਜੇ ਅੰਗਰੇਜ਼ ਬੈਠੇ ਇੰਨਾ ਕੁਛ ਹੋ ਰਿਹਾ ਤੇ ਕੱਲ ਨੂੰ ਜਦੋਂ ਹਿੰਦੁਸਤਾਨ ਚੋਂ ਅੰਗਰੇਜ਼ ਚਲਾ ਜਾਏਗਾ ਤੇ ਫੇਰ ਘੱਟ ਗਿਣਤੀਆਂ ਦਾ ਹਿੰਦੁਸਤਾਨ ਚ ਕੀ ਹਾਲ ਕੀਤਾ ਜਾਏਗਾ। ਹਿੰਦੂ ਬੜੇ ਆਰਾਮ ਨਾਲ ਹੁਣ ਕਹਿੰਦੇ ਨੇ ਕਿ ਜੀ ਦੇਖੋ ਭਾਰਤ ਇੱਕ ਸੀ, 10 ਸਦੀਆਂ ਤੱਕ ਸਾਰੇ ਲੋਕ ਇਕੱਠੇ ਰਹੇ, ਕੁਛ ਨੀ ਹੋਇਆ। ਉਹ ਇਸ ਵਾਸਤੇ ਕੁਛ ਨੀ ਹੋਇਆ ਕਿ ਉਹ ਹਿੰਦੂ ਨੂੰ ਰਾਜ ਕਰਨ ਦਾ ਮੌਕਾ ਨੀ ਮਿਲਿਆ 10 ਸਦੀਆਂ ਚ। ਉਸ ਸਮੇਂ ਮੁਸਲਮਾਨ ਰਾਜ ਕਰਦੇ ਰਹੇ, ਹੋਰ ਛੋਟੀਆਂ ਛੋਟੀਆਂ ਹਿੰਦੁਸਤਾਨ ਚ ਰਿਆਸਤਾਂ ਸਨ ਜਿਨ੍ਹਾਂ ਦੇ ਆਪਣੇ ਆਪਣੇ ਰਾਜੇ ਮਹਾਰਾਜੇ ਸਨ, ਕਦੇ ਵੀ ਸੈਂਟਰਲ ਅਥਾਰਟੀ ਨਹੀਂ ਰਹੀ। ਸੋ ਉਸ ਸਮੇਂ ਜਿਹੜਾ ਹੈ ਉਹ ਸਿੱਖ ਲੀਡਰਸ਼ਿਪ ਨੂੰ ਸਮਝ ਨਹੀਂ ਆ ਸਕੀ ਕਿ ਸਾਡੇ ਨਾਲ ਹੋ ਕੀ ਰਿਹਾ ਹੈ। ਔਰ ਮੈਂ ਤਾਂ ਸਮਝਦਾ ਹਾਂ ਕਿ ਸਿੱਖ ਲੀਡਰਸ਼ਿਪ ਨੂੰ ਪੈਦਾ ਹੀ ਨਹੀਂ ਹੋਣ ਦਿੱਤਾ ਅੰਗਰੇਜ਼ ਨੇ, ਅਜਿਹੀ ਸਿੱਖ ਲੀਡਰਸ਼ਿਪ ਜਿਹੜੀ ਸਿੱਖਾਂ ਦੇ ਹੱਕਾਂ ਦੀ ਗੱਲ ਕਰ ਸਕੇ ਉਹ ਕਦੇ ਮੌਜੂਦ ਹੀ ਨਹੀਂ ਸੀ ਹਿੰਦੁਸਤਾਨ ਚ, ਕਿਉਂਕਿ ਅੰਗਰੇਜ਼ ਨੇ ਸਿੱਖਾਂ ਦੇ ਕੁਛ ਟੱਬਰਾਂ ਨੂੰ ਲੰਮੀਆਂ ਵੱਡੀਆਂ ਜਾਗੀਰਾਂ ਦੇ ਕੇ ਸਿਆਸਤ ਚ ਆਂਦਾ, ਔਰ ਉਹ ਜਿਹੜੇ ਟੱਬਰ ਸਨ ਉਹ ਆਮ ਸਿੱਖ ਜਨਤਾ ਦੀ ਗੱਲ ਕਦੇ ਨਹੀਂ ਸਨ ਕਰਦੇ। ਇਸ ਵਾਸਤੇ ਉਹ ਅੰਗਰੇਜ਼ ਦੇ ਨਾਲ ਜੁੜੇ ਰਹੇ, ਉਹ ਕਾਂਗਰਸ ਦੇ ਨਾਲ ਜੁੜੇ ਰਹੇ, ਤੇ ਸਿੱਖ ਰਾਜ ਦੀ ਉਹਨਾਂ ਨੇ ਕਦੇ ਮੰਗ ਨਹੀਂ ਕੀਤੀ, ਬਲਕਿ ਉਹਨਾਂ ਨੇ ਆਪਣੀ ਕਮਿਊਨਿਟੀ ਦੀ ਕਦੇ ਗੱਲ ਨਹੀਂ ਕੀਤੀ ਅਨਫੋਰਚੁਨੇਟਲੀ, ਔਰ ਅੰਗਰੇਜ਼ ਤੇ ਬਹੁਤ ਜ਼ਿਆਦਾ ਰਿਲਾਇ ਕੀਤਾ। ਤੁਸੀਂ ਜੋ ਵੀ ਕਹਿ ਲਓ, ਅੰਗਰੇਜ਼ਾਂ ਦੇ ਦਿਲ ਵਿੱਚ ਫਸਟ ਵਰਲਡ ਵਾਰ ਔਰ ਸੈਕਿੰਡ ਵਰਲਡ ਵਾਰ ਦੇ ਬਾਅਦ ਸਿੱਖਾਂ ਪ੍ਰਤੀ ਬਹੁਤ ਜ਼ਿਆਦਾ ਹਮਦਰਦੀ ਸੀ, ਕਿਉਂਕਿ ਬ੍ਰਿਟਿਸ਼ ਐਮਪਾਇਰ ਨੂੰ ਬਚਾਉਣ ਵਾਲੇ ਫਸਟ ਸੈਕਿੰਡ ਵਰਲਡ ਵਾਰ ਚ ਜਿਹੜੇ ਇੰਡੀਅਨ ਸੋਲਜਰ ਸੀ ਉਹਨਾਂ ਚੋਂ ਬਹੁਤ ਵੱਡੀ ਤਾਦਾਦ ਸਿੱਖਾਂ ਦੀ ਸੀ। ਸੋ ਉਸ ਵਕਤ ਦੇ ਪੰਜਾਬ ਦੇ ਗਵਰਨਰ ਨੇ ਬਾਰ ਬਾਰ ਸਿੱਖ ਲੀਡਰਸ਼ਿਪ ਨੂੰ ਕਿਹਾ ਵੀ ਤੁਸੀਂ ਮੰਗ ਤਾਂ ਕਰੋ ਆਪਣੀ ਸੋਵਰਨਿਟੀ ਦੀ, ਜੇ ਤੁਸੀਂ ਵੱਖਰਾ ਦੇਸ਼ ਨਹੀਂ ਲੈਣਾ ਤਾਂ ਤੁਸੀਂ ਕਾਂਗਰਸ ਨਾਲ ਗੱਲ ਕਰੋ ਕਿ ਉਹ ਤੁਹਾਨੂੰ ਕੀ ਦੇਣਗੇ, ਬਾਰਗੇਨ ਕਰੋ, ਜਾਂ ਮੁਸਲਿਮ ਲੀਗ ਨਾਲ ਬਾਰਗੇਨਿੰਗ ਪੋਜੀਸ਼ਨ ਚ, ਤੁਸੀਂ ਤੇ ਸਭ ਤੋਂ ਸਟਰੋਂਗ ਪੋਜੀਸ਼ਨ ਚ ਕਿਉਂ ਨਹੀਂ ਬਾਰਗੇਨ ਕਰਦੇ। ਪਰ ਸਿੱਖ ਲੀਡਰਸ਼ਿਪ ਨੇ ਬਿਲਕੁਲ ਉਸ ਸਮੇਂ ਕਿਸੇ ਤਰ੍ਹਾਂ ਦੀ ਬਾਰਗੇਨਿੰਗ ਨਹੀਂ ਕੀਤੀ, ਸਿੱਖ ਕਮਿਊਨਿਟੀ ਵਾਸਤੇ ਹੱਕਾਂ ਵਾਸਤੇ ਕੋਈ ਗੱਲ ਨਹੀਂ ਕੀਤੀ ਅਨਫੋਰਚੁਨੇਟਲੀ। ਮੈਨੂੰ ਤਾਂ ਬਹੁਤ ਦੁੱਖ ਹੁੰਦਾ ਕਿ ਉਸ ਵਕਤ ਮੈਂ ਸਮਝਦਾ ਹਾਂ ਕਿ ਸਿੱਖਾਂ ਲਈ ਕਿਸੇ ਕਿਸਮ ਦੇ ਹੱਕ ਨਾ ਮੰਗਣਾ ਸਭ ਤੋਂ ਵੱਡੀ ਨਾਕਾਮੀ ਹੈ ਅਕਾਲੀ ਲੀਡਰਸ਼ਿਪ ਦੀ ਉਸ ਸਮੇਂ, ਔਰ ਉਹਦਾ ਤੁਸੀਂ ਨਤੀਜਾ ਜਿਹੜਾ ਹੈ ਅੱਜ ਭੁਗਤ ਰਹੇ ਹੋ ਕਿ ਕਿਸ ਤਰ੍ਹਾਂ ਨਹਿਰੂ ਔਰ ਗਾਂਧੀ ਨੇ ਜਿਸ ਤਰ੍ਹਾਂ ਸਿੱਖਾਂ ਨੂੰ ਇਸ ਤਰ੍ਹਾਂ ਧੋਖਾਦਹੀ ਦੇ ਜ਼ਰੀਏ ਹਿੰਦੁਸਤਾਨ ਸ਼ਾਮਲ ਕੀਤਾ, ਔਰ ਜਿੰਨੇ ਵਾਅਦੇ ਕੀਤੇ ਗਏ ਸਿੱਖਾਂ ਨਾਲ ਉਹਨਾਂ ਚੋਂ ਕੋਈ ਵੀ ਪੂਰਾ ਨਹੀਂ ਕੀਤਾ ਗਿਆ, ਬਲਕਿ ਉਹਦੇ ਪੁੱਠੇ ਨਤੀਜੇ ਹੋਏ। ਸੋ ਇਹ ਮੈਂ ਆਰਟੀਕਲ ਇਸ ਵਾਸਤੇ ਲਿਖਿਆ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਅੰਗਰੇਜ਼ ਨੇ ਸਿੱਖਾਂ ਨੂੰ ਰਾਜ ਆਪਣਾ ਕਾਇਮ ਕਰਨ ਦਾ ਮੌਕਾ ਦਿੱਤਾ, ਪਰ ਸਿੱਖਾਂ ਨੇ ਔਰ ਉਸ ਵਕਤ ਦੀ ਜਿਹੜੀ ਲੀਡਰਸ਼ਿਪ ਹੈ ਉਹ ਮੁਕੰਮਲ ਤੌਰ ਤੇ ਨਾਕਾਮ ਰਹੀ, ਔਰ ਸਿੱਖ ਰਾਜ ਜਿਹੜਾ ਮਿਲ ਜਾਣਾ ਸੀ ਉਹ ਉਹਨਾਂ ਨੇ ਹੱਥ ਆਇਆ ਰਾਜ ਜਿਹੜਾ ਹੈ ਉਹ ਛੱਡ ਦਿੱਤਾ ਔਰ ਹਿੰਦੁਸਤਾਨ ਸ਼ਾਮਲ ਹੋ ਗਏ। ਉਹਦੇ ਨਤੀਜੇ ਸਿੱਖਾਂ ਤੇ ਭੁਗਤੇ ਹੀ ਨੇ, ਪਰ ਜਿਹੜਾ ਸਾਡਾ ਸਾਊਥ ਏਸ਼ੀਆ ਰੀਜਨ ਹੈ ਉਹ ਪੂਰੇ ਦਾ ਪੂਰਾ ਭੋਗ ਰਿਹਾ। ਅਗਰ ਹਿੰਦੁਸਤਾਨ ਔਰ ਪਾਕਿਸਤਾਨ ਦੇ ਦਰਮਿਆਨ ਇੱਕ ਬਫਰ ਸਟੇਟ ਹੁੰਦੀ ਸਿੱਖਾਂ ਦੀ, ਉਹਦਾ ਨਾਂ ਖਾਲਿਸਤਾਨ ਹੁੰਦਾ ਜਾਂ ਜੋ ਵੀ ਹੁੰਦਾ, ਤਾਂ ਜੋ ਅਸੀਂ ਸਾਊਥ ਏਸ਼ੀਆ ਦੇ ਵਿੱਚ ਅੱਜ ਕੱਲ ਤਮਾਸ਼ਾ ਦੇਖ ਰਹੇ ਹਾਂ ਕਿ ਦੋ ਦੇਸ਼ ਇੱਕ ਦੂਸਰੇ ਦੇ ਨਾਲ ਲੜਦੇ ਰਹਿੰਦੇ ਨੇ, ਜੰਗਾਂ ਕਰਦੇ ਰਹਿੰਦੇ ਨੇ, ਮਿਜ਼ਾਈਲ ਬਣਾ ਰਹੇ ਨੇ, ਐਟਮ ਬੰਬ ਬਣਾ ਰਹੇ ਨੇ, ਅਗਰ ਇਹਨਾਂ ਦਾ ਇਹਨਾਂ ਦੇ ਬਾਰਡਰ ਦੇ ਦੋਵਾਂ ਦੇ ਬਾਰਡਰ ਤੇ ਇੱਕ ਸਿੱਖ ਸਟੇਟ ਹੁੰਦੀ ਜਿਹੜੀ ਬਫਰ ਸਟੇਟ ਹੁੰਦੀ ਤਾਂ ਹਿੰਦੁਸਤਾਨ ਦੇ ਵਿੱਚ ਅਮਨ ਹੁੰਦਾ, ਇਸ ਤਰ੍ਹਾਂ ਲੜਾਈ ਪੜਾਈ ਨਾ ਹੁੰਦੀ। ਤਾਂ
लेकिन उस वक्त सिख लीडरशिप नू क्योंकि समझ नहीं आई और मास्टर तारा सिंह जिन्हों पता नहीं बहुत सारे लोग जिन्ना इतिहास नहीं पढ़िया वो मास्टर तारा सिंह नू सिखां दे हीरो दे तौर ते पेश करदे ने वो ये सोचते ही नहीं कि मास्टर तारा सिंह ते प्लांट किया गया महा हिंदू महासभा ने मास्टर तारा सिंह नू एक बहुत ही क्रूशल फेज दे उत्ते सिखां दा लीडर बना के दुनिया सामने पेश किया ताकि वो सिखां और मुसलमाना दे दरम्यान नफरत पैदा कर सके। मास्टर तारा सिंह को सिख जमिया तो नहीं सी, वो ता हिंदू सी, एक प्राइमरी स्कूल दा टीचर सी, उथों वो सिख कन्वर्ट होया और हिंदू महासभा ने उन इंस्टॉल किया ताकि सिख अपने राज दी गल ना करन। और फिर जिस तरह उन्हें कृपान लहरा के पंजाब असेंबली दे बाहर जड़ा है उस बात जो कुछ होया जो कतलेआम हुआ है दो कम्युनिटियां ने किया ओदी याद बहुत ही दुखद याद है। तुसी पढ़दे हो तुहाडी अखां च थ्रू आ जांदे आ कि किन्ने ही सिख परिवार उजड़े, मुसलमानों के भी उजड़े पर सिख परिवार परिवार जिस तरह उजड़ना है, खास तौर पर साडिया वो सिख भैं जिन्हों के सिर उन्होंने अपने प्योवान चाचिया भरावान ने उतारे ताकि उन्होंने इज्जत बच जाए, वो सारे जिहड़ी वाकियात में तुसीं पढ़े तुहाडी अखां च अथरू आ जांदे ने। तुसीं रोयां बगैर नहीं रह सकते कि कितना जुल्म होया है। और ये अगर सिखां ने मुल्क अपना वखरा नहीं सी बनाउणा ते पाकिस्तान च बैठे रहिंदे, इंडियन इंडिपेंडेंस एक्ट कितने नहीं सी लिखिया कि तुसीं उठ के इत्थों चले जाओ जी, तुसीं तुहाडे सारे दे सारे जिहड़े मुकद्दस मुकाम ने, गुरुद्वारे ने, पवित्र स्थान ने, सारे पाकिस्तान च उथों उठ के जाने की जरूरत क्यों पेश आई। पर रीत विच एक चीज देखण दी ये है कि थोड़ा जिहा लोकां नूं चाहीदा कि गौर नाल देखण उस समय की तारीख नूं ध्यान नाल पढ़न। दो चीजा नोट करन दीआं ने, एक तो यह है कि अंग्रेज ने जिहड़ा हिंदुस्तान च जाना सी 1947 च नहीं सी जाना, 1948 च जाना, लेकिन नहरू ने बहुत ज्यादा प्रेशराइज किया कि तुसी फौरन जावो, हुणे जावो, 47 च जावो जी। ओदी वजह तों जिस वेले 47 च अंग्रेज नूं जाना पिया ते बहुत सारियां चीजां जिहड़ियां हन ओह इन्नी जल्दी और इन्नी छेती च कीतियां गईयां जिहदी वजह तों जिहड़ी इह ट्रांसफर ऑफ पापूलेशन फ्रॉम वन पार्ट टू अनदर पार्ट है ओह प्रॉपर तरीके नाल हो नहीं सकी और कट वट बहुत ज्यादा होई। दूसरा, माउंट बैटन नूं कोल किन्ने स्टेटमेंट दवाई कि जिहड़ी एक धर्म दे लोक दूसरे धर्म दे मेजोरिटी एरिया च रहिंदे ने उठ के दूसरे पासे चले जाण, ये गल इंडियन इंडिपेंडेंस एक्ट ते कितने नहीं सी लिखी, लेकिन माउंट बैटन कोल इह स्टेटमेंट दवाई गई ताकि सिख जिहड़े ने ओह जिहड़े पाकिस्तान च जिहड़ा पंजाब आया है ओहनू खाली कर देण। फिर पंजाब की वंड जिस तरीके नाल कीती गई और बहुत सारे मुस्लिम मेजोरिटी एरिया जिहड़े ने हिंदुस्तान च शामिल किए गए सिर्फ इस वास्ते कि उत्थे जिहड़े सिख बैठे ने उन्हां नूं उठ के हिंदुस्तान जाना पवे और उन्हां दी घट वड होवे। तुसी देखो किड्डा वड्डा, असी अज होलोकास्ट दे बारे गल कर रहे जिहड़ी यहूदियां दी जेनोसाइड होई ओहदे उत्ते दुनिया ने म्यूजियम बना रखे ने, पर सिख 30% सिख जिहड़े आ ओह कम्युनिटी दे तौर ते इक जगह तों दूसरी जगह डिसप्लेस हो के पहुंचे ते उन्हां नूं लब्भा की उत्थे जाके सब तों पहलां उत्थे इवा जाए ਜਿਹੜੇ ਹੈ ਉਹ ਮੈਮੋਰੈਂਡਮ ਹੋਮ ਆਫਿਸ ਜਿਹੜਾ ਸੀ ਉਸ ਵਕਤ ਇੰਡੀਅਨ ਨੇ ਜਾਰੀ ਕੀਤੇ ਵੀ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਮੰਨਿਆ ਜਾਵੇ। ਸੋ ਇਹ ਨਤੀਜਾ ਹੁੰਦਾ ਹੈ ਜਿਹਨੂੰ ਤੁਸੀਂ ਕਿਸੇ ਦੇ ਧੋਖੇ ਚ ਆ ਜਾਂਦੇ ਹੋ ਔਰ ਆਪਣੇ ਰਾਜ ਦੀ ਮੰਗ ਨਹੀਂ ਕਰਦੇ ਔਰ ਕਿਸੇ ਨਾਲ ਨੈਗੋਸ਼ੀਏਟ ਵੀ ਨਹੀਂ ਕਰਦੇ। ਸੋ ਮੈਂ ਸਮਝਦਾ ਹਾਂ ਕਿ ਪਾਰਟੀਸ਼ਨ ਦੀ ਇਹ ਜਿਹੜੀ ਦੁਖਦ ਯਾਦ ਹੈ ਸਿੱਖਾਂ ਦੇ ਹਵਾਲੇ ਨਾਲ, ਉਹ ਸਮੇਂ ਦੀ ਜਨਤਾ ਵੀ ਜ਼ਿੰਮੇਦਾਰ ਹੈ ਜਿਹਨੇ ਇੱਕ ਦੂਸਰੇ ਦਾ ਕੱਟਿਆ ਵੱਢਿਆ, ਪਰ ਉਸ ਤੋਂ ਵੱਧ ਕੇ ਉਸ ਵਕਤ ਦੀ ਸਿੱਖ ਲੀਡਰਸ਼ਿਪ ਜ਼ਿੰਮੇਦਾਰ ਹੈ ਜਿਹਨੇ ਕਿਸੇ ਨਾਲ ਨਾ ਬਾਰਗੇਨ ਕੀਤਾ, ਨਾ ਕੋਈ ਆਬਾਦੀ ਦੇ ਇੰਤਕਾਲ ਦਾ ਕੋਈ ਤਰੀਕਾ ਤੈਅ ਕੀਤਾ ਜੀ, ਔਰ ਲੋਕਾਂ ਨੂੰ ਬਲਵਾਈਆਂ ਦੇ ਰਹਿਮੋ ਕਰਮ ਤੇ ਛੱਡ ਦਿੱਤਾ। ਬਿਲਕੁਲ ਬਿਲਕੁਲ ਵੀਰ ਜੀ, ਤੇ ਵੀਰ ਜੀ ਤੁਸੀਂ ਬਹੁਤ ਸੋਹਣੀ ਤਰ੍ਹਾਂ ਐਕਸਪਲੇਨ ਕੀਤਾ ਕਿ ਕਿਸ ਤਰ੍ਹਾਂ ਭਾਰਤੀ ਸਿਸਟਮ ਜਿਹੜੇ ਭਾਰਤੀ ਸਿਆਸਤਦਾਨਾਂ ਨੇ ਕਿਸ ਤਰ੍ਹਾਂ ਬੇਈਮਾਨੀ ਕੀਤੀ ਜਾਂ ਜਿਸ ਤਰ੍ਹਾਂ ਸਿੱਖ ਸਿਆਸਤਦਾਨਾਂ ਨੇ ਕੀ ਮੂਰਖਤਾ ਸੀ ਜਾਂ ਮੂਰਖਤਾ ਸੀ ਪਤਾ ਨਹੀਂ ਹੋਰ ਕੀ ਸੀਗਾ ਪਿੱਛੇ, ਪਰ ਜਿਸ ਤਰ੍ਹਾਂ ਹਿੰਦੂਤਵੀ ਤਾਕਤਾਂ ਦੀ ਜਿਹੜੀ ਹੁਣ ਸਾਰਾ ਕੁਛ ਹੈ ਉਹਨਾਂ ਦੀ ਉਦਾਹਰਣਾਂ ਸਾਡੇ ਸਾਹਮਣੇ ਨੇ, ਸਾਨੂੰ ਪਤਾ ਲੱਗ ਗਿਆ ਕਿਸ ਤਰ੍ਹਾਂ ਇਹਨਾਂ ਨੇ ਸਿੱਖਾਂ ਨੂੰ ਬਿਟਰੇ ਕੀਤਾ। ਪਰ ਜਿਸ ਤਰ੍ਹਾਂ ਅਸੀਂ ਹਮੇਸ਼ਾ ਕਹਿੰਦੇ ਕਿ ਰਾਜ ਬਿਨਾਂ ਨਾ ਧਰਮ ਚੱਲੇ ਹੈ, ਇਸ ਫਰੇਜ਼ ਦੀ ਪਰਿਭਾਸ਼ਾ ਸਾਨੂੰ ਸਮਝ ਲੱਗ ਗਈ ਹੈ ਹੁਣ ਕਿ ਰਾਜ ਸਾਨੂੰ ਚਾਹੀਦਾ ਹੈ, ਇਸ ਲਈ ਅਸੀਂ ਹਮੇਸ਼ਾ ਆਪਣੇ ਰਾਜ ਦੇ ਲਈ ਤਤਪਰ ਹਾਂ, ਅਸੀਂ ਚਾਹੁੰਦੇ ਕਿ
ਸਾਡੇ ਜਿਹੜੇ ਬੱਚੇ ਨੇ ਉਹ ਆਜ਼ਾਦ ਦੇਸ਼ ਦੇ ਵਿੱਚ ਪੈਦਾ ਹੋਣ, ਆਜ਼ਾਦ ਸਾਡਾ ਆਪਣਾ ਦੇਸ਼ ਹੋਵੇ, ਸਿੱਖ ਰਾਜ ਵਾਪਸ ਆਵੇ, ਖਾਲਿਸਤਾਨ ਵਾਪਸ ਬਣੇ। ਪਰ ਜਿਸ ਤਰ੍ਹਾਂ ਹਮੇਸ਼ਾ ਅਸੀਂ ਗੱਲ ਕਰਦੇ ਖਾਲਿਸਤਾਨ ਦੀ ਜਾਂ ਸਿੱਖ ਰਾਜ ਦੀ, ਪਰ ਜਿਸ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਸਾਲਾਂ ਦੇ ਵਿੱਚ 5-6 ਸਾਲਾਂ ਤੱਕ 2020 ਰੈਫਰੈਂਡਮ ਹੋ ਰਿਹਾ ਹੈ, ਪਰ ਸਾਨੂੰ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਆਪਣੇ ਆਜ਼ਾਦ ਦੇਸ਼ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਅਸੀਂ ਵਾਪਸ ਉਹੀ ਧੋਖਾ ਨਾ ਖਾਈਏ, ਜਾਂ ਫਿਰ ਸਾਨੂੰ ਕਿਸ ਤਰ੍ਹਾਂ ਦਾ ਸਾਨੂੰ ਪੈਟਰਨ ਲੈ ਕੇ ਚੱਲਣਾ ਚਾਹੀਦਾ, ਕਿਸ ਤਰ੍ਹਾਂ ਸਾਨੂੰ ਜਾਣਾ ਚਾਹੀਦਾ ਤਾਂ ਕਿ ਸ਼ਹੀਦੀਆਂ ਵਾਲਾ ਬਹੁਤ ਜ਼ਿਆਦਾ ਹੋਣ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ 1947 ਦੇ ਵਿੱਚ ਵੰਡ ਦੇ ਵੇਲੇ ਬਹੁਤ ਸਾਰਾ ਖੂਨ ਖਰਾਬਾ ਹੋਇਆ, ਪਰ ਅਸੀਂ ਚਾਹੁੰਦੇ ਕਿ ਇੱਕਦਮ ਸ਼ਾਂਤਮਈ ਤਰੀਕੇ ਦੇ ਨਾਲ ਸਭ ਕੁਛ ਹੋ ਗਏ ਅਗਰ ਸਾਨੂੰ ਆਪਣਾ ਦੇਸ਼ ਮਿਲਦਾ ਹੈ, ਤਾਂ ਸਾਨੂੰ ਕਿਸ ਕਿਸ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਉਸ ਵੇਲੇ? ਹਾਂਜੀ, ਪਹਿਲੀ ਗੱਲ ਤੇ ਮੈਂ ਰੀਰੇ ਕਰਾਂ ਕਿ ਮੈਂ ਤੇ ਸ਼ੁਰੂ ਦਾ ਹੀ ਇਹ ਕਹਿੰਦਾ ਆਇਆ ਕਿ ਬਹੁਤ ਵੱਡੀ ਫਿਲਾਸਫੀ ਹੈ ਕਿ ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਤਲੇ ਮਲੇ ਹੈ। ਜੀ, ਔਰ ਜਿਹੜੇ ਤੁਸੀਂ ਦੇਖਦੇ ਹੋ ਕਿ ਜਿਹੜੇ ਸਿੱਖੀ ਦੇ ਵਿੱਚ ਮੀਰੀ ਔਰ ਪੀਰੀ ਦਾ ਕਨਸੈਪਟ ਹੈ, ਹਾਂਜੀ, ਉਹ ਸਿੱਖ ਸੋਵਰਨਿਟੀ ਦੀ ਗੱਲ ਹੈ ਨਾ, ਸਿੱਖ ਰਾਜ ਦੀ ਗੱਲ ਹੈ। ਜੀ, ਗੁਰੂ ਸਾਹਿਬ ਨੇ ਅਗਰ ਦੋ ਕੇਸਰੀ ਝੰਡੇ ਚਲਾਏ, ਇੱਕ ਮੀਰੀ ਦਾ ਇੱਕ ਪੀਰੀ ਦਾ, ਅਗਰ ਦੋ ਤਲਵਾਰਾਂ ਪਾਈਆਂ ਇੱਕ ਮੀਰੀ ਦੀ ਇੱਕ ਪੀਰੀ ਦੀ, ਤੇ ਦਸਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਉਹ ਸਾਰੀ ਰਾਜ ਵਾਸਤੇ ਸੀ ਨਾ, ਉਹ ਹੋਰ ਕਿਸੇ ਸ਼ੈ ਵਾਸਤੇ ਨਹੀਂ ਸੀ। ਸੋ ਔਰ ਫਿਰ ਦੂਸਰੀ ਗੱਲ ਇਹ ਕਿ ਅੱਜ ਕੱਲ੍ਹ ਲੋਕ ਸਿੱਖ ਰਾਜ ਦੀ ਗੱਲ ਕਰਦੇ ਇਸ ਤਰ੍ਹਾਂ ਡਰਦੇ ਨੇ ਜਿਸ ਤਰ੍ਹਾਂ ਜੁਰਮ ਕਰ ਰਹੇ ਹੋਣ। ਇਹਨਾਂ ਨੂੰ ਦੇਖਣਾ ਚਾਹੀਦਾ ਕਿ ਦੁਨੀਆਂ ਦੇ ਵਿੱਚ ਪਹਿਲਾਂ ਕਦੇ ਕੌਮਾਂ ਨੇ ਰਾਜ ਦੀ ਗੱਲ ਨਹੀਂ ਕੀਤੀ ਸੀ। 1943 ਦੇ ਵਿੱਚ ਜਿਹੜੀ ਯੂਨਾਈਟਿਡ ਨੇਸ਼ਨ ਤੇ ਹਜੇ ਬਣੀ ਨਹੀਂ ਸੀ, ਯੂਨਾਈਟਿਡ ਨੇਸ਼ਨ ਤੋਂ ਪਹਿਲਾਂ ਜਿਹੜਾ ਕੌਮਾਂ ਦਾ ਸੰਗਠਨ ਸੀ ਜਿਹਨੂੰ ਲੀਗ ਆਫ ਨੇਸ਼ਨ ਕਿਹਾ ਜਾਂਦਾ ਹੈ, ਉਹਦੇ ਮੈਂਬਰ ਦੀ ਤਾਦਾਦ 72 ਸੀ, ਤਾਂ 1973 ਚ ਉਹ ਤਾਦਾਦ ਵੱਧ ਕੇ 170 ਹੋ ਚੁੱਕੀ ਸੀ। ਸੋ 100 ਨਵੇਂ ਜਿਹੜੇ ਦੇਸ਼ ਬਣੇ ਉਹ ਕੌਮਾਂ ਨੇ ਆਪਣੇ ਰਾਜ ਦੀ ਮੰਗ ਕਰਕੇ ਹੀ ਲਏ। ਪਹਿਲੀ ਗੱਲ ਤੇ ਹੈ, ਇਸ ਵਾਸਤੇ ਜਿਹੜੇ ਲੋਕ ਕਹਿੰਦੇ ਆ ਵੀ ਸਿੱਖਾਂ ਦੇ ਰਾਜ ਦੀ ਗੱਲ ਨਹੀਂ ਹੋਣੀ ਚਾਹੀਦੀ, ਕੋਈ ਜੁਰਮ ਹੈ, ਉਹਨਾਂ ਨੂੰ ਸਮਝਣਾ ਚਾਹੀਦਾ ਕਿ ਯੂਨਾਈਟਿਡ ਨੇਸ਼ਨ ਦਾ ਚਾਰਟਰ ਜਿਹੜਾ ਹਿਊਮਨ ਰਾਈਟਸ ਦਾ, ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦਾ, ਉਹ ਲੋਕਾਂ ਨੂੰ ਹੱਕ ਦਿੰਦਾ ਕਿ ਤੁਸੀਂ ਅਗਰ ਆਪਣਾ ਰਾਜ ਕਾਇਮ ਕਰਨਾ ਚਾਹੋ ਤਾਂ ਕਰ ਲਓ। ਦੂਸਰੀ ਗੱਲ ਖੂਨ ਖਰਾਬੇ ਦੀ, ਹੁਣ ਤੁਸੀਂ ਇਹ ਦੇਖੋ ਕਿ ਮੈਨੂੰ, ਮੈਂ ਬੜਾ ਸੁਣਦਾ ਲੋਕਾਂ ਕੋਲੋਂ, ਪਾਕਿਸਤਾਨ ਚ ਵੀ ਲੋਕ ਨਾਅਰੇ ਲਾਉਂਦੇ, ਹਿੰਦੁਸਤਾਨ ਚ ਵੀ, ਅਸਾਂ ਬੜੀਆਂ ਕੁਰਬਾਨੀਆਂ ਦੇ ਕੇ ਹਿੰਦੁਸਤਾਨ ਹਾਸਲ ਕੀਤਾ, ਅਸਾਂ ਬੜੀਆਂ ਕੁਰਬਾਨੀਆਂ ਦੇ ਕੇ ਪਾਕਿਸਤਾਨ ਹਾਸਲ ਕੀਤਾ। ਮੈਂ ਇਹ ਤੋਂ ਡਿਫਰ ਕਰਨਾ, ਮੇਰੇ ਵਿਚਾਰ ਚ ਬਿਲਕੁਲ ਫਜ਼ੂਲ ਗੱਲ ਕਰਦੇ ਆ ਲੋਕ। ਕੁਰਬਾਨੀਆਂ ਤੁਸੀਂ ਕਿਹੜੀਆਂ ਦਿੱਤੀਆਂ? ਹਿੰਦੁਸਤਾਨ ਤੇ ਪਾਕਿਸਤਾਨ ਬਣਨ ਦਾ ਫੈਸਲਾ ਤਾਂ ਅੰਗਰੇਜ਼ ਨੇ ਕਰ ਦਿੱਤਾ, ਉਹਦੇ ਬਾਅਦ ਜਿਹੜੇ ਲੋਕਾਂ ਦੀ ਸ਼ਹੀਦੀ ਹੋਈ ਹੈ, ਜੋ ਕੱਟ ਵੱਢ ਹੋਈ ਹੈ, ਜੋ ਕਤਲੇਆਮ ਹੋਇਆ ਹੈ, ਉਹ ਤੇ ਬਾਅਦ ਇੰਤਜ਼ਾਮੀ ਦੀ ਵਜ੍ਹਾ ਤੋਂ ਹੋਇਆ, ਕਿਉਂਕਿ ਉਸ ਵਕਤ ਲੀਡਰਸ਼ਿਪ ਕੋਈ ਫਾਰਮੂਲਾ ਤੈਅ ਨਹੀਂ ਕਰ ਸਕੀ। ਹੁਣ ਗੱਲ ਕਰਦੇ ਹਾਂ ਸਿੱਖ ਰਾਜ ਦੀ, ਇਹਦੇ ਵਾਸਤੇ ਕੀ ਕਰਨਾ ਜ਼ਰੂਰੀ? ਸਭ ਤੋਂ ਪਹਿਲਾਂ ਤੇ ਇਹ ਹੈ ਵੀ ਠੀਕ ਹੈ, ਹਰ ਪਾਸੇ ਡਿਫਰੈਂਸ ਆਫ ਓਪੀਨੀਅਨ ਹੁੰਦਾ, ਹਰ ਬੰਦੇ ਦੇ ਵਿਚਾਰ, ਇੱਕ ਬੰਦੇ ਦੇ ਵਿਚਾਰ ਦੂਸਰੇ ਤੋਂ ਮੁਖਤਲਿਫ ਹੁੰਦੇ, ਘਰ ਦੇ ਵਿੱਚ ਭੈਣਾਂ ਭਰਾਵਾਂ ਦੇ ਤੁਹਾਡੇ ਆਪਣੇ ਮਾਪਿਆਂ ਨਾਲ ਵਿਚਾਰ ਡਿਫਰੈਂਟ ਹੋ ਸਕਦੇ ਆ, ਔਰ ਖੂਬਸੂਰਤੀ ਹੈ ਇਸ ਚੀਜ਼ ਚ ਕਿ ਤੁਹਾਡੇ ਵਿਚਾਰ ਦੂਸਰੇ ਨਾਲ ਨਾ ਮਿਲਦੇ ਹੋਣ। ਪਰ ਮੈਂ ਸੰਗਤਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਵਿਚਾਰ ਇੱਕ ਦੂਸਰੇ ਤੋਂ ਵੱਖ ਹੋਣ ਦਾ ਮਤਲਬ ਇਹ ਨਹੀਂ ਵੀ ਤੁਸੀਂ ਇੱਕ ਦੂਸਰੇ ਨਾਲ ਲੜਦੇ ਰਹੋ, ਇੱਕ ਦੂਸਰੇ ਨੂੰ ਗਾਲਾਂ ਕੱਢਦੇ ਰਹੋ, ਤਾਂ ਕਦੇ ਕਿਸੇ ਨੂੰ ਕਹਿ ਦਿਓ ਕਿ ਫਲਾਣਾ ਫਲਾਣੇ ਦਾ ਏਜੰਟ ਹੈ, ਫਲਾਣਾ ਫਲਾਣੇ ਦਾ ਏਜੰਟ ਹੈ। ਬਹੁਤ ਸਾਰੇ ਇਸ ਵੇਲੇ ਸਾਨੂੰ ਮੰਨਣਾ ਪਏਗਾ ਕਿ ਸਾਡੀਆਂ ਸੰਗਤਾਂ ਦੇ ਵਿੱਚ ਬਹੁਤ ਸਾਰੇ ਇਖਤਲਾਫ ਮੌਜੂਦ ਨੇ, ਬਹੁਤ ਸਾਰੇ ਫਰਿਕਸ਼ਨ ਮੌਜੂਦ ਨੇ, ਉਹ ਰਹਿਣ, ਕੋਈ ਜ਼ਰੂਰੀ ਨਹੀਂ ਵੀ ਤੁਸੀਂ ਉਹਨਾਂ ਸਾਰੀਆਂ ਇਸ਼ਾਵਾਂ ਤੇ ਸਹਿਮਤ ਹੋਵੋ, ਪਰ ਕੁਛ ਸਿੱਖੀ ਦੇ ਅਜਿਹੇ ਮੁੱਦੇ ਨੇ ਜਿੱਤੇ ਸਾਰਿਆਂ ਨੂੰ ਇਕੱਠਾ ਹੋ ਜਾਣਾ ਚਾਹੀਦਾ, ਜਿਹਦੇ ਸਭ ਤੋਂ ਪਹਿਲੀ ਚੀਜ਼ ਸਿੱਖੀ ਦਾ ਆਪਣਾ ਰਾਜ ਤੇ ਸਿੱਖਾਂ ਦਾ ਆਪਣਾ ਦੇਸ਼। ਬਿਲਕੁਲ, ਉਹਦੇ ਵਾਸਤੇ ਸਾਰਿਆਂ ਨੂੰ ਆਪਣੇ ਜਿਹੜੇ ਇੰਡੀਵਿਜੁਅਲ ਡਿਫਰੈਂਸਿਸ ਨੇ ਉਹ ਭੁਲਾ ਦੇਣੇ ਚਾਹੀਦੇ, ਔਰ ਇਕੱਠਾ ਹੋ ਜਾਣਾ ਚਾਹੀਦਾ ਇਸ ਮੁੱਦੇ ਤੇ ਕਿ ਅਸੀਂ ਇਹ ਕੌਮ ਆ, ਸਾਨੂੰ ਆਪਣੇ ਰਾਜ ਦੀ ਲੋੜ ਹੈ, ਔਰ ਅਸਾਂ ਉਹਦੇ ਲਈ ਸੰਘਰਸ਼ੀ ਹੋਣਾ। ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਲੋਹ ਵਗਾਓ, ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਟੈਂਕ ਤੋਪਾਂ ਚਲਾਓ, ਉਹਦੇ ਕੋਈ ਜ਼ਰੂਰਤ ਨਹੀਂ ਹੈ। ਦੁਨੀਆਂ ਚ ਹੁਣ ਹਰ ਸ਼ਹਿਰ ਦੇ ਢੰਗ ਬਦਲ ਗਏ ਆ। ਹਾਂਜੀ, ਤੁਸੀਂ ਇਹ ਦੇਖੋ ਵੀ ਹੁਣ ਜਿਹੜਾ ਤੁਸੀਂ ਰੀਸੈਂਟ ਲਿਖਿਆ ਵੀ ਅਰਬ ਸਪਰਿੰਗ ਆਇਆ, ਜਿਹੜਾ ਮਿਡਲ ਈਸਟ ਦੇ ਵਿੱਚ ਵੱਡੀਆਂ ਵੱਡੀਆਂ ਡਿਕਟੇਟਰਸ਼ਿਪਸ ਨੂੰ ਲੋਕਾਂ ਨੇ ਚੁੱਕ ਕੇ ਸੁੱਟ ਦਿੱਤਾ, ਜਿਹਦੇ ਚ ਮਿਸਰ ਦੇ ਵਿੱਚ ਹੁਸਨੀ ਮੁਬਾਰਕ ਦੀ ਡਿਕਟੇਟਰਸ਼ਿਪ ਮੁੱਕੀ ਹੈ, ਫਿਰ ਲਿਬੀਆ ਦੇ ਵਿੱਚ ਗਦਾਫੀ ਦੀ ਡਿਕਟੇਟਰਸ਼ਿਪ ਮੁੱਕੀ ਹੈ। ਇਹ ਉਹ ਲੋਕ ਨੇ ਜਿਹੜੇ 30-30-35-35 ਵਰ੍ਹੇ ਉਹਨਾਂ ਮੁਲਕਾਂ ਤੇ ਰਾਜ ਕਰਦੇ ਆਏ, ਜਿਨ੍ਹਾਂ ਦੇ ਕੋਲ ਇੱਕ ਬਹੁਤ ਵੱਡੀ ਫੌਜ ਦੀ ਕਮਾਨ ਮੌਜੂਦ ਸੀ, ਉੱਥੇ ਕਿਸੇ
ਬੰਦੇ ਨੇ ਕੋਈ ਗੋਲੀ ਨਹੀਂ ਚੱਲੀ, ਕਿਸੇ ਨੇ ਕੋਈ ਤੋਪ ਨਹੀਂ ਚਲਾਈ, ਕੋਈ ਲੜਿਆ ਨਹੀਂ, ਕੋਈ ਖੂਨ ਨਹੀਂ ਵਗਿਆ। ਹਾਂਜੀ, ਪਰ ਲੋਕਾਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਵੀ ਅਸਾਂ ਇਹਨਾਂ ਕੋਲ ਜਾਨ ਛੁਡਾਉਣੀ ਹੈ। ਲੋਕ ਇਕੱਠੇ ਹੋਏ, ਮੈਸ ਮੋਬਲਾਈਜੇਸ਼ਨ ਹੋਈ। ਤਾਂ ਜਿਹੜੀ ਅੱਜ ਕੱਲ੍ਹ ਦੀ ਦੁਨੀਆਂ 'ਚ ਮੈਸ ਮੋਬਲਾਈਜੇਸ਼ਨ ਹੈ ਜਾਂ ਲੋਕਾਂ ਦਾ ਇਕੱਠੇ ਹੋ ਕੇ ਕਿਸੇ ਵੀ ਹਕੂਮਤ ਦੇ ਖਿਲਾਫ਼ ਖੜੇ ਹੋ ਜਾਣਾ ਪੀਸਫੁਲੀ ਹੈ, ਬਹੁਤ ਵੱਡੀ ਗੱਲ ਹੈ। ਸੋ ਲੋਕਾਂ ਨੂੰ ਇਹਦੇ ਉੱਤੇ ਇਕੱਠੇ ਹੋਣਾ ਚਾਹੀਦਾ, ਇੱਕ ਦੂਸਰੇ ਨੂੰ। ਮੈਂ ਫਿਰ ਇਹ ਵੀ ਦੇਖਦਾ ਫੇਸਬੁੱਕ, ਟਵਿੱਟਰ, ਇੱਧਰ ਉੱਧਰ ਸੋਸ਼ਲ ਮੀਡੀਆ ਤੇ ਲੋਕਾਂ ਨੇ ਕਿਹਾ ਹੁੰਦਾ ਫਲਾਣਾ ਕੁੱਤਾ, ਫਲਾਣਾ ਬਿੱਲਾ, ਲੋਕਾਂ ਨੂੰ ਅਜੀਬ ਤਰ੍ਹਾਂ ਦੀਆਂ ਗਾਲਾਂ ਕੱਢੀਆਂ ਹੁੰਦੀਆਂ ਆਪਸ 'ਚ। ਦੇਖੋ, ਹਰ ਕੌਮ ਚੰਗੇ ਮਾੜੇ ਬੰਦੇ ਹੁੰਦੇ ਆ, ਹਰ ਕੌਮ ਦੇ ਵਿੱਚ ਲੋਕਾਂ ਦੇ ਆਪਸ 'ਚ ਇਖਤਲਾਫ਼ ਹੁੰਦੇ ਆ, ਤੇ ਪਰ ਗੱਲ ਇਹ ਆ ਵੀ ਕੁੱਤਾ ਬਿੱਲਾ ਇੱਕ ਦੂਸਰੇ ਨੂੰ ਕਹਿਣ ਦੀ ਕਿਹੜੀ ਲੋੜ ਹੈ? ਤੁਸੀਂ ਅਗਰ ਤੁਹਾਨੂੰ ਕਿਸੇ ਦੇ ਕੰਮ ਕਰਨ ਦੇ ਤਰੀਕੇ ਨਾਲ ਜਾਂ ਉਹਦੇ ਹਕੂਮਤ ਚਲਾਉਣ ਦੇ ਤਰੀਕੇ ਨਾਲ ਤੁਹਾਨੂੰ ਪਸੰਦ ਨਹੀਂ ਤੇ ਉੱਤੇ ਗੱਲ ਕਰੋ, ਲੇਕਿਨ ਲੋਕਾਂ ਨੂੰ ਇਸ ਤਰ੍ਹਾਂ ਆਪਣੇ ਹੀ ਸਿੱਖ ਭਰਾਵਾਂ ਨੂੰ ਕੁੱਤਾ ਬਿੱਲਾ ਨਾ ਕਵੋ। ਇਹਦੇ ਨਾਲ ਬਾਹਰ ਦੀਆਂ ਕੌਮਾਂ ਦੇ ਵਿੱਚ ਜਿਹੜਾ ਹੈ ਉਹ ਲੋਕ ਮਜ਼ਾਕ ਉਡਾਉਂਦੇ ਨੇ ਵੀ ਸਿੱਖ ਕੀ ਕਰ ਰਹੇ ਆਪਸ 'ਚ ਲੜ ਰਹੇ ਆ। ਤੁਸੀਂ ਦੇਖੋ ਕਿ ਬਾਬਾ ਨਾਨਕ ਜੀ ਦੀ ਹਯਾਤੀ ਤੋਂ ਮੈਂ ਤਾਂ ਬਹੁਤ ਕੁਛ ਸਿੱਖਿਆ, ਪਤਾ ਨੀ ਸਿੱਖਾਂ ਨੇ ਸਿੱਖਿਆ ਕਿ ਨਹੀਂ ਸਿੱਖਿਆ। ਆਪ ਹਰ ਤਰ੍ਹਾਂ ਦੇ ਲੋਕਾਂ ਕੋਲ ਗਏ, ਆਪ ਮੁਸਲਮਾਨਾਂ ਦੇ ਵੱਡੇ ਵੱਡੇ ਪੀਰਾਂ ਫਕੀਰਾਂ ਕੋਲ ਗਏ, ਆਪ ਰਿਸ਼ੀਆਂ ਮੁਨੀਆਂ ਦੇ ਕੋਲ ਗਏ, ਉਹਨਾਂ ਦੇ ਨਾਲ ਬੈਠ ਕੇ ਗੱਲ ਕੀਤੀ ਔਰ ਆਪਣੀ ਜਿਹੜੀ ਉਹਨਾਂ ਦੀ ਟੀਚਿੰਗ ਸੀ, ਆਰਗੂਮੈਂਟ ਸੀ, ਉਹਨੂੰ ਸਟਰੋਂਗਲੀ ਮਨਵਾਇਆ। ਉਹਨਾਂ ਨੇ ਕਦੇ ਕਿਸੇ ਨੂੰ ਗਾਲ ਨੀ ਕੱਢੀ। ਗੁਰੂ ਸਾਹਿਬਾਨ ਨੂੰ ਤੁਸੀਂ ਦੇਖ ਲਓ, ਮੁਗਲ ਰਾਜੇ ਉਹਨਾਂ ਦੇ ਇੰਨੇ ਉਹਨਾਂ ਦੇ ਖਿਲਾਫ਼ ਰਹੇ, ਉਹਨਾਂ ਨੇ ਸਿੱਖਾਂ ਦੀਆਂ ਸ਼ਹੀਦੀਆਂ ਕੀਤੀਆਂ। ਅੱਜ ਤੱਕ ਸਾਨੂੰ ਦੇਖਿਆ ਹੋਵੇ ਕਿ ਕਿਸੇ ਵੀ ਗੁਰੂ ਸਾਹਿਬ ਦੇ ਬਾਰੇ ਕਿਸੇ ਨੇ ਕਿਹਾ ਹੋਵੇ ਵੀ ਉਹਨਾਂ ਨੇ ਗੰਦੀ ਜ਼ਬਾਨ ਵਰਤੀ ਹੋਵੇ ਕਿਸੇ ਬਾਰੇ। ਸੋ ਇਸ ਵਾਸਤੇ ਸਿੱਖਾਂ ਦਾ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ, ਔਰ ਸਿੱਖੀ ਦਾ ਰਾਜ ਉਦੋਂ ਹੀ ਕਾਇਮ ਹੋਇਆ ਜਦੋਂ ਸਿੱਖ ਸਿੱਖ ਬਣਿਆ ਹੈ, ਜਦੋਂ ਸਿੱਖ ਇਕੱਠਾ ਹੋਇਆ ਹੈ, ਜਦੋਂ ਸਿੱਖੀ ਦੇ ਧਰਮ ਨਾਲ ਜੁੜਿਆ ਹੈ। ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰ ਲਓ, 12 ਮਿਸਲਾਂ ਸੀ ਪੰਜਾਬ 'ਚ ਜਿਹੜੀਆਂ ਆਪਸ ਲੜਦੀਆਂ ਰਹਿੰਦੀਆਂ ਸੀ, ਇੱਕ ਦੂਸਰੇ ਦਾ ਖੂਨ ਵਹਾਉਂਦੀਆਂ ਰਹਿੰਦੀਆਂ ਸੀ। ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਨਾਂ 12 ਮਿਸਲਾਂ ਨੂੰ ਇਕੱਠਾ ਕੀਤਾ, ਉਹ ਇਕੱਠੇ ਹੋਏ, ਇੱਕਮੁੱਠ ਹੋਏ, ਤਾਂ ਹੀ ਸਿੱਖੀ ਦਾ ਰਾਜ ਕਾਇਮ ਹੋਇਆ। ਤਾਂ ਸਿੱਖੀ ਦਾ ਰਾਜ ਮੁੱਕਣ ਦਾ ਕਾਰਨ ਵੀ ਇਹ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਦੇ ਬਾਅਦ ਜਿਹੜੀ ਭਰਾ ਮਾਰੂ ਜੰਗ ਸ਼ੁਰੂ ਹੋਈ ਔਰ ਸਿੱਖ ਸਿੱਖ ਨਾਲ ਭਿੜ ਪਿਆ, ਲੜ ਪਿਆ, ਉਹਦੇ ਨਤੀਜੇ ਸਿੱਖੀ ਦਾ ਰਾਜ ਮੁੱਕ ਗਿਆ। ਸੋ ਇਸ ਵਾਸਤੇ ਜਿਹੜੀ ਬਹੁਤ ਮਸ਼ਹੂਰ ਸਿੰਘ ਹੈ ਨਾ ਅੰਗਰੇਜ਼ੀ ਦੀ, ਕਿ ਯੂਨਾਈਟਿਡ ਵੀ ਸਟੈਂਡ, ਡਿਵਾਈਡਿਡ ਵੀ ਫਾਲ, ਇਹਨੂੰ ਸਮਝਣਾ ਚਾਹੀਦਾ। ਇਸ ਵਾਸਤੇ ਮੈਂ ਬੇਨਤੀ ਕਰਨਾ ਸਿੱਖ ਸੰਗਤਾਂ ਨੂੰ ਕਿ ਆਪਣੇ ਰਾਜ ਦੀ ਮੰਗ ਕਰਨਾ ਕੋਈ ਜੁਰਮ ਨਹੀਂ, ਇਹਦੇ ਵਾਸਤੇ ਇਕੱਠੇ ਹੋਵੋ ਔਰ ਜਿਹੜੇ ਆਪਸ ਦੇ ਇਖਤਲਾਫ ਨੇ ਇਹ ਭੁਲਾ ਦਿਓ। ਦੂਸਰੀ ਚੀਜ਼ ਜਿਹੜੀ ਬਹੁਤ ਜ਼ਰੂਰੀ ਹੈ ਕਿ ਮੈਂ ਦੇਖਦਾ ਕਿ ਬਹੁਤ ਸਾਰੇ ਇਹੋ ਜਿਹੀਆਂ ਆਰਗਨਾਈਜੇਸ਼ਨ ਨੇ, ਇਹੋ ਜਿਹੇ ਇੰਡੀਵਿਜੁਅਲ ਨੇ ਜਿਹੜੇ ਬੜੇ ਜ਼ੋਰ ਜ਼ੋਰ ਦੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਨੇ, ਤੇ ਜਿਹੜੇ ਖਾਲਿਸਤਾਨ ਦੇ ਨਾਂ ਤੇ ਸਿੱਖੀ ਦੇ ਰਾਜ ਦੇ ਨਾਂ ਤੇ ਪੋਲੀਟਿਕਸ ਕਰਦੇ ਨੇ। ਫੋਟੋ ਖਿਚਾ ਲਈਆਂ ਸੰਤ ਜਰਨੈਲ ਸਿੰਘ ਪਿੰਡਰਾਂਵਾਲਿਆਂ ਦੀ ਫੋਟੋ ਦੇ ਸਾਹਮਣੇ ਖੜੇ ਹੋ ਕੇ ਤਕਰੀਰਾਂ ਕਰ ਲਈਆਂ, ਇਹ ਸਾਰਾ ਕੁਛ ਠੀਕ ਹੈ, ਅੱਛੀ ਗੱਲ ਹੈ, ਚੰਗਾ ਕੰਮ ਕਰ ਰਹੇ ਹੋ, ਪਰ ਆਪਣੇ ਦਿਲ ਦੇ ਵਿੱਚ ਸਿੱਖੀ ਦੇ ਰਾਜ ਵਾਸਤੇ ਦਰਦ ਪੈਦਾ ਕਰੋ, ਆਮ ਬੰਦੇ ਦੇ ਰਾਜ ਲਈ ਦਰਦ ਪੈਦਾ ਕਰੋ, ਤਾਂ ਫੇਰ ਹੀ ਸਿੱਖੀ ਦਾ ਰਾਜ ਕਾਇਮ ਹੋਣਾ। ਇੱਕ ਹੋਰ ਚੀਜ਼ ਸਿੱਖੀ ਦੇ ਰਾਜ ਲਈ ਬੜੀ ਜ਼ਰੂਰੀ ਹੈ, ਮੈਂ ਅਕਸਰ ਸੁਣਨਾ ਲੋਕ ਕਹਿੰਦੇ ਜਾਂਦੇ ਕਿ ਜੀ ਸਾਡੇ ਕੋਲ ਲੀਡਰਸ਼ਿਪ ਕੋਈ ਨਹੀਂ, ਸਾਡੇ ਲੀਡਰ ਗੱਦਾਰ, ਪੰਜਾਬ ਦਾ ਬੁਰਾ ਹਾਲ। ਤਾਂ ਹੁਣ ਮੈਂ ਲੋਕਾਂ ਨੂੰ ਇਹ ਕਹਿਣਾ ਵੀ ਇਹਨਾਂ ਲੀਡਰਾਂ ਨੂੰ ਇਲੈਕਟ ਕਰਕੇ ਪੰਜਾਬ ਦੀ ਜਿਹੜੀ ਅਸੈਂਬਲੀ ਹੈ ਉਹਦੇ ਵਿੱਚ ਘੱਲਣ ਵਾਲੇ ਕੌਣ ਨੇ? ਇਸ ਵੇਲੇ ਚੋਣਾਂ ਹੁੰਦੀਆਂ ਨੇ ਤੇ ਦਾਰੂ ਦੀ ਬੋਤਲ ਤੇ ਨਾ ਵਿਕੋ, ਪੈਸਿਆਂ ਦੇ ਨਾਂ ਤੇ ਨਾ ਵਿਕੋ, ਆਪਣਾ ਵੋਟ ਨਾ ਵੇਚੋ। ਉਹਨਾਂ ਲੋਕਾਂ ਨੂੰ ਕੱਲੋ ਅਸੈਂਬਲੀਆਂ ਦੇ ਵਿੱਚ ਇਲੈਕਟ ਕਰਕੇ ਜਿਹਨਾਂ ਦੇ ਦਿਲ ਵਿੱਚ ਖਾਲਸੇ ਦਾ ਦਰਦ ਹੋਵੇ, ਖਾਲਸੇ ਰਾਜ ਦਾ ਦਰਦ ਹੋਵੇ, ਨਾ ਕਿ ਉਹਨਾਂ ਲੋਕਾਂ ਨੂੰ ਜਿਹਨਾਂ ਕੋਲ ਤੁਸੀਂ ਸ਼ਰਾਬ ਦੀ ਬੋਤਲ ਫੜ ਲਓ ਜਾਂ ਛੋਟੇ ਮੋਟੇ ਕੰਮ ਕਰਾ ਲਓ। ਹਿੰਦੁਸਤਾਨੀ ਸਰਕਾਰ ਤੇ ਚਾਹੁੰਦੀ ਹੈ ਵੀ ਤੁਸੀਂ ਇਸ ਤਰ੍ਹਾਂ ਦੇ ਕੰਮ ਕਰਦੇ ਰਹੋ, ਕਦੇ ਤੁਸੀਂ ਪਾਣੀਆਂ ਦਾ ਰੌਲਾ ਲੈ ਕੇ ਉਹਨਾਂ ਕੋਲ ਤੁਰ ਜਾਓ, ਕਦੇ ਪ੍ਰਿਜ਼ਨਰ ਤਾਂ ਲੈ ਕੇ ਜਾਓ ਜਾਂਦੇ ਤੇ ਉਹਨਾਂ ਨੂੰ ਕੋਲ ਹੀ ਆ ਨਾ, ਉਹਨਾਂ ਨੂੰ ਆਪਣੀ ਗਵਰਨਮੈਂਟ ਮੰਨਦੇ ਤੇ ਜਾਂਦੇ ਹੋ ਨਾ। ਸੋ ਇਹ ਮਸਲੇ ਉਦੋਂ ਹੀ ਮੁੱਕਣੇ ਜੇ ਤੁਹਾਡਾ ਰਾਜ ਕਾਇਮ ਹੋਣਾ, ਤਾਂ ਰਾਜ ਕਾਇਮ ਕਰਨ ਲਈ ਤੁਹਾਡਾ ਸਾਰਿਆਂ ਦਾ ਇਕੱਠਿਆਂ ਹੋਣਾ, ਇੱਕਮੁੱਠ ਹੋਣਾ ਬਹੁਤ ਜ਼ਰੂਰੀ ਹੈ।
ਬਿਲਕੁਲ ਬਿਲਕੁਲ ਵੀਰ ਜੀ, ਵੀਰ ਜੀ ਥੈਂਕ ਯੂ ਸੋ ਮੱਚ ਕਿ ਤੁਸੀਂ ਆਪਣੇ ਆਰਟੀਕਲ ਦਾ ਵੇਰਵਾ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ, ਸਿਚੁਏਸ਼ਨ ਐਂਡ ਵਟ ਵੀ ਨੀਡ ਟੂ ਡੂ ਇਸ ਬਾਰੇ ਪੂਰੇ ਵੇਰਵੇ ਸਹਿਤ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ। ਇੱਕ ਦੋ ਹੋਰ ਵੀ ਬਹੁਤ ਸਾਰੇ ਇੰਪੋਰਟੈਂਟ ਕੁਐਸਚਨ ਨੇ, ਪਰ ਸਾਡੇ ਕੋਲ ਟਾਈਮ ਬਹੁਤ ਲਿਮਿਟਡ ਹੈ। ਚਾਹਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਬਾਕੀ ਦੇ ਕੁਐਸਚਨ ਨੇ ਉਹਨਾਂ ਉੱਪਰ ਵੀ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ। ਅੱਜ ਤੱਕ ਕਿਉਂਕਿ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇੱਥੇ ਜਾਤ ਲੈਂਦੇ ਹਾਂ, ਪਰ ਆਉਣ ਵਾਲੇ ਦਿਨਾਂ 'ਤੇ ਅਸੀਂ ਤੁਹਾਨੂੰ ਫਿਰ ਤੋਂ TV84 ਦੇ ਦਰਸ਼ਕਾਂ ਦੇ ਰੂਬਰੂ ਕਰਾਵਾਂਗੇ। ਥੈਂਕ ਯੂ ਸੋ ਮੱਚ ਫੋਰ ਯੋਰ ਟਾਈਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਵੀ ਜਾਤ ਲੈਂਦੇ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ 'ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।